ਬਾਕੀ ਇਹ ਤਾਂ ਬਸ ਇੱਕ ਮਾਲਕ ਦੀ ਭਗਤੀ, ਇਹ ਤਾਂ ਵੱਧ ਹੀ ਜਾਂਦੀ, ਇਹ ਤਾਂ ਅਸੀਮ ਹੈ, ਇਹ ਤਾਂ ਹੱਦ ਦਾ ਨਹੀਂ ਕੋਈ। ਆਪ ਇਹ ਕਾਸਿਓ ਕਹੀ ਹੈ, ਕਹਿੰਦੇ ਹੁਣ ਇਹ ਕਿਸੇ ਨੂੰ ਕੀ ਕਹੀਏ, ਭਾਵ ਕੇ ਗੱਲ ਕਹਿਣ ਵਿੱਚ ਨਹੀਂ ਆਉਂਦੀ, ਇਹ ਤਾਂ ਦਸ ਇਸ਼ਾਰਾ ਮਾਤਾ ਦੇ ਦਿੱਤਾ, ਕਹਿੰਦੇ ਹੁਣ ਕਿਸੇ ਨੂੰ ਕੀ ਕਹੀਏ, ਭਾਵ ਕੇ ਤਾਂ ਮੰਨਣ ਦਾ ਵਿਸ਼ਾ ਹੈ, ਇਹ ਹੁੰਦਾ ਤਾਂ ਕਹਿਣ ਦੇ ਨਾਲ ਨਹੀਂ ਆਉਂਦੀ। ਕਹਿਰਾ ਵਿਦਾਸ ਭਗਤ ਇੱਕ ਵਾਟੀ ਆਪ ਇਹ ਕਾਸਿਓ ਕਹੀ ਹੈ, ਜਾ ਕਾਰਨ ਹਮ ਤੁਮ ਅਰਾਧੇ ਸੋ ਦੁੱਖ। ਅਜਹੂ ਸਹੀ ਹੈ, ਅਜਹੂ ਜੰਪ ਦੇ ਕੇ ਬੋਲਣਾ ਹੁਣ ਰਾਜੋ ਸਲਾਮ, ਕਿਉਂਕਿ ਜੰਪ ਤੋਂ ਬਿਨਾਂ ਅਰਥ ਨਹੀਂ ਸਪਸ਼ਟ ਹੁੰਦਾ। ਜਾ ਕਾਰਨ ਹਮ ਤੁਮ ਅਰਾਧੇ ਸੋ ਦੁੱਖ, ਅਜਹੂ ਸਹੀ ਹੈ, ਜਿਸ ਕਾਰਨ ਮਾਲਕ ਜੀ ਅਸੀਂ ਆਪ ਜੀ ਦੀ ਆਰਾਧਨਾ ਕੀਤੀ, ਆਪਣਾ ਪਿਆਰ ਪਾਇਆ, ਉਹ ਹੁਣ ਜਾਣ ਕੇ ਜਾਤੀਵਾਦ ਦਾ ਦੁੱਖ ਅਸੀਂ ਕਿਉਂ ਸਹਾਂਗੇ, ਭਾਵ ਨਹੀਂ ਸਹਾਂਗੇ। ਉਹ ਸੋ ਦੁੱਖ ਅਜਿਹੋ ਸਹੀ ਹੈ, ਇਹਨੂੰ ਸੌਖੇ ਢੰਗ ਵੀ ਬੋਲਣ ਦੇ ਵਿੱਚ ਵੀ ਅਰਥ ਬਦਲ ਜਾਂਦਾ ਹੈ, ਬੋਲਣ ਦੇ ਢੰਗ ਵਿੱਚ ਸੌਖੇ ਢੰਗ ਨਾਲ ਕਹਿੰਦਾ। ਇਸ ਪੰਕਤੀ ਦਾ ਸਮਝਣ ਵਾਸਤੇ ਵੀ ਮੰਨ ਲਓ ਆਪਾਂ ਖਾਣ ਪੀਣ ਵਾਸਤੇ ਕੁਰਸੀਆਂ 'ਤੇ ਬੈਠੇ, ਟੇਬਲ ਦੇ ਉੱਤੇ ਖਾਣ ਪੀਣ ਦਾ ਸਮਾਨ ਲੱਗਿਆ, ਚਾਹ ਪਾਣੀ ਚਾਹ ਪਈ ਹੈ, ਗੁਲਾਬ ਜਾਮਣਾਂ ਪਈਆਂ, ਜਲੇਬੀਆਂ ਪਈਆਂ, ਤੁਹਾਡੇ ਵਿੱਚੋਂ ਕਿਸੇ ਨੇ ਗੁਲਾਬ ਜਾਮਣ ਵਾਂਗੂ ਹੱਥ ਵਧਾਇਆ, ਮੈਨੂੰ ਪਤਾ ਸੀ ਉਹਦਾ ਸ਼ੁਕਰ ਜ਼ਿਆਦਾ ਹੈ, ਗੁਲਾਬ ਨਾ ਸਰ ਦੱਸੋ, ਮੈਂ ਉਹਨੂੰ ਕੀ ਕਿਹਾ, ਖਾਓ ਨਾ, ਖਾਓ ਨਾ, ਤੁਸੀਂ ਨਾ ਖਾਓ, ਖਾਓ ਨਾ ਗੁਲਾਬ ਹੋ ਜਾਏਗਾ। ਜਦੋਂ ਮੈਂ ਮੰਨ ਲਓ ਜਾ ਗੁਲਾਬ ਲੈ ਲਓ ਧੋ ਪਤਾ ਕਿ ਖਾਓ ਨਾ, ਤੁਸੀਂ ਨਾਲ ਦੇ ਮੇਰੀ ਚੱਕਿਆ ਕੁਝ ਭਾਵ ਨੇ ਕੀ ਕਿਹਾ, ਖਾਓ ਨਾ, ਲੱਖ ਜੋੜੀ ਨੇ ਭਾਵ ਤੁਸੀਂ ਕਿਉਂ ਨਹੀਂ ਖਾਂਦੇ, ਉਸੇ ਖਾਓ ਨਾ ਨੂੰ ਜੰਪ ਦੇ ਕਿਹਾ ਖਾਓ ਨਾ, ਭਾਵ ਲੱਖ ਬਣ ਕੇ ਲਾਜ ਨਹੀਂ ਆਪਣਾ, ਕਿਉਂਕਿ ਦਸਾਂ ਤਾਂ ਅਸੀਂ ਗੱਲ ਸਮਝ ਆ ਜਾਂਦੀ ਹੈ ਨਾ, ਓਲਾ ਬੋਲੀਏ ਅਰਥ ਹੋਰ ਹੈ, ਖਾਓ ਨਾ ਅਰਥ ਹੈ ਨਾ ਖਾਓ, ਜੰਪ ਦੇ ਕੇ ਬੋਲੋ ਖਾਓ ਨਾ, ਲਾਜ ਨਹੀਂ ਖਾਓ, ਜਾਂ ਹਿਮਾਚਲ ਨਾਲ ਵੀ ਕਿਉਂ ਨਹੀਂ ਖਾਂਦੇ, ਵੀ ਖਾਓ ਵੀ ਕਿਉਂ ਨਹੀਂ ਖਾਂਦੇ, ਸਮਝ ਆ ਗਈ। ਸੋ ਭਾਵ ਕਿ ਉਹ ਹੁਣ ਅਸੀਂ ਜਾਣੀ ਕਿ ਸ਼ੂਦਰ ਬਣੇ ਦਾ ਦੁੱਖ ਕਿਉਂ ਸਹਾਂਗੇ, ਭਾਵ ਉਹ ਨਹੀਂ ਸਹਾਂਗੇ, ਤੇਰੀ ਬਖਸ਼ਿਸ਼ ਹੋ ਗਈ ਹੁੰਦਾ, ਕਿਉਂਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਸੋ ਇੱਥੋਂ ਤੱਕ ਆਪਾਂ ਸ਼ਬਦ ਦੀ ਵਿਚਾਰ ਕੀਤੀ, ਸਮਾਪਤੀ ਦੇ ਪੰਕਤੀਆਂ ਦੋਵੇਂ ਫਿਰ ਪੜ੍ਹ ਲਓ, ਕਹਿਰਾ ਵਿਦਾਸ ਭਗਤ ਇੱਕ ਵਾਟੀ ਆਵ ਕੇ ਕਾਸਿਓ ਕਹੀ ਹੈ, ਜਾ ਕਾਰਨ ਹਮ ਤੁਮ ਅਰਾਧੇ ਸੋ ਦੁੱਖ ਅਜਿਹੋ ਸਹੀ ਹੈ। ਇੱਥੋਂ ਤੱਕ ਸ਼ਬਦ ਦੀ ਵਿਚਾਰ ਸੰਪੂਰਨ ਹੋ ਗਈ। ਆਓ ਹੁਣ ਆਪਾਂ ਥੋੜ੍ਹੇ ਸਮੇਂ ਦੇ ਵਿੱਚ 1699 ਦੀ ਵਿਸਾਖੀ ਦਾ ਇਤਿਹਾਸ ਵੀ ਸਮਝਾਂਗੇ, ਇਹ 'ਚ ਕੁਝ ਨੁਕਤੇ ਸਮਝਾਂਗੇ, ਇਹ 'ਚ ਕੁਝ ਤੁਹਾਨੂੰ ਨੁਕਤੇ ਉਹ ਵੀ ਸੁਣਾਉਣੇ ਆ ਜਿਹਤੇ ਜਾਣੀ ਕਿ ਕੁਝ ਸਾਡੇ 'ਤੇ ਇਤਰਾਜ਼ ਕਰਦੇ ਆ, ਉਹ ਵੀ ਸਾਨੂੰ ਕਲੀਅਰ ਹੋ ਜਾਣਾ ਪੂਰਾ ਤਾਂ, ਅਤੇ ਆਪਾਂ ਕੁਝ ਗੱਲਾਂ ਆਪਸੀ ਸਹਿਮਤੀ ਨਾਲ ਕਰਾਂਗੇ। ਚਲੋ ਪਹਿਲਾਂ ਇਤਿਹਾਸ ਘੱਟੋ ਘੱਟ ਸੁਣ ਲਓ ਥੋੜ੍ਹੇ ਸਮੇਂ 'ਚ, ਵੈਸੇ ਬਹੁਤਿਆਂ ਨੂੰ ਤਾਂ ਪਤਾ ਹੀ ਹੈ, ਫਿਰ ਵੀ ਸੁਣਾ ਦਿੰਦਾ ਕਿਉਂਕਿ ਆਪਣਾ ਆਪਣਾ ਢੰਗ ਹੁੰਦਾ ਹਰ ਪ੍ਰਚਾਰ ਤਰ੍ਹਾਂ, ਇਸ ਕਰਕੇ ਇਹ ਸੁਣ ਲਓ। ਲਓ ਜੀ, 1699 ਦੀ ਵਿਸਾਖੀ ਦਾ ਇਤਿਹਾਸ, ਗੁਰੂ ਸਾਹਿਬ ਜੀ ਨੇ ਬਹੁਤ ਸਮਾਂ ਪਹਿਲਾਂ
ਵੱਖ-ਵੱਖ ਇਲਾਕਿਆਂ ਦੇ ਵਿੱਚ ਸੰਗਤਾਂ ਨੂੰ ਹੁਕਮਨਾਮੇ ਢਲ ਦਿੱਤੇ, ਦੂਰ ਦੁਰਾਡੇ ਇਲਾਕੇ ਜਿਸ ਉੱਤੇ ਗੁਰੂ ਦੀਆਂ ਸੰਗਤਾਂ ਕਿ ਵੀ ਇਸ ਵਾਰੀ ਵੱਧ ਤੋਂ ਵੱਧ ਸੰਗਤ ਆਨੰਦਪੁਰ ਦੀ ਧਰਤੀ 'ਤੇ ਪਹੁੰਚੇ। ਸੰਗਤਾਂ ਨੂੰ ਕੋਈ ਖਾਸ ਪ੍ਰੋਗਰਾਮ ਨਹੀਂ, ਵੱਧ ਤੋਂ ਵੱਧ ਸੰਗਤ ਆਯੋਜਿਤ ਕੀ, ਸੰਗਤਾਂ ਨੂੰ ਕੋਈ ਖਾਸ ਪ੍ਰੋਗਰਾਮ ਨਹੀਂ। ਲਓ ਜੀ ਕੀ ਹੋਇਆ, ਬਹੁਤ ਦੂਰ ਦੂਰ ਤੋਂ ਸੰਗਤ ਆਈਆਂ, ਦਿੱਲੀ ਹਸਤਨਾਪੁਰੀ ਤੋਂ ਸੰਗਤ ਪਹੁੰਚੀ ਹੈ, ਲਾਹੌਰ ਤੋਂ ਸੰਗਤ ਪਹੁੰਚੀ ਹੈ, ਦੁਆਰਕਾਪੁਰੀ ਤੋਂ ਸੰਗਤ ਪਹੁੰਚੀ ਹੈ, ਗੁਜਰਾਤ ਜਗਨਨਾਥਪੁਰੀ ਉੜੀਸਾ ਤੋਂ ਸੰਗਤ ਪਹੁੰਚੀ ਹੈ, ਫਿਰ ਉੱਧਰ ਬੇਦਰ ਸ਼ਹਿਰ ਆਂਧਰਾ ਪ੍ਰਦੇਸ਼ ਕਰਨਾਟਕਾ ਤੱਕ ਤੋਂ ਸੰਗਤ ਪਹੁੰਚੀ ਹੈ। ਉਹਨਾਂ ਸਮਿਆਂ ਦੇ ਵਿੱਚ ਜਿਹਨਾਂ ਸਮਿਆਂ ਦੇ ਵਿੱਚ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸੀ, ਵਿਖੜੇ ਪੈਂਡੇ ਹੁੰਦੇ ਸੀ, ਵਿਖੜੇ ਪੈਂਡੇ ਕੱਠ ਵਾਸਤੇ ਕਹਿ ਲਓ, ਅਤੇ ਕਿੰਨਾ ਪਿਆਰ ਹੈ ਗੁਰੂ ਘਰ ਦਾ, ਕਿੰਨੇ ਕਿੰਨੇ ਮਹੀਨੇ ਪਹਿਲਾਂ ਤੁਰੀਆਂ ਹੋਣਗੀਆਂ ਸੰਗਤਾਂ, ਫਿਰ ਹੀ ਉਸ ਦਿਨ 'ਤੇ ਪਹੁੰਚੀਆਂ। ਇੱਦਾਂ ਬੜੀ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ। ਸਟੇਜ ਕਿੱਥੇ ਲੱਗੀ ਹੋਈ ਹੈ, ਜਿੱਥੇ ਅੱਜ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ, ਇੱਥੇ ਸਟੇਜ ਲੱਗੀ ਹੋਈ ਹੈ। ਅੱਗੇ ਖੁੱਲ੍ਹਾ ਪੰਡਾਲ ਸਜਿਆ ਹੋਇਆ, ਸ਼ਾਲਬਾਣੀ ਕਣਾਤਾਂ ਲੱਗੀਆਂ ਹੋਈਆਂ। ਸਟੇਜ ਦੇ ਪਿਛਲੇ ਪਾਸੇ ਗੁਰੂ ਜੀ ਨੇ ਬੜੇ ਉਚੇਚੇ ਢੰਗ ਨਾਲ ਇੱਕ ਤੰਬੂ ਲਵਾਇਆ ਹੋਇਆ। ਹੁਣ ਆਸੇ ਪਾਸੇ ਜੋ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਆ ਪੰਡਾਲ ਦੇ ਵਿੱਚ, ਉਹ ਵੀ ਇੱਦਾਂ ਦੇ ਸ਼ਬਦ ਲਿਖੇ ਹੋਏ ਹੈ, ਜੇ ਸਟੇਜ ਤੋਂ ਸਾਹਮਣੇ ਨਿਗਾਹ ਪੈਂਦੀ ਹੈ ਤਾਂ ਲਿਖਿਆ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ। ਜੇ ਸਟੇਜ ਦੇ ਸੱਜੇ ਪਾਸੇ ਨਿਗਾਹ ਜਾਂਦੀ ਹੈ ਤਾਂ ਲਿਖਿਆ ਹੋਇਆ, ਸੋਲਾ ਸੌ ਪਹਿਚਾਨੀ ਹੈ ਜੋ ਲੜਾ ਮਿਲ ਕੇ ਹੇਤ ਪੁਰਜਾ ਪੁਰਜਾ ਕੱਟ ਮਾਰਿਆ ਬਾਬੂ ਨਾ ਛੱਡ ਹੈ। ਜੇ ਸਟੇਜ ਦੇ ਪਿਛਲੇ ਪਾਸੇ ਨਿਗਾਹ ਜਾਂਦੀ ਹੈ ਤਾਂ ਲਿਖਿਆ ਹੋਇਆ, ਜਾਉ ਤਾਂ ਪ੍ਰੇਮ ਖੇਡਣ ਤਾਂ ਚਾਓ, ਸਿਰ ਧਾਉ ਤਲੀ ਗਲੀ ਮੇਰੀ ਆਓ, ਇਹ ਤਮਾਰਕ ਪੈਰ ਧਰੀਜਾ ਸਰਦੀਜਾ ਕਾਰਨ ਨਾ ਪੀਜਾ। ਸੱਜੇ ਪਾਸੇ ਨਿਗਾਹ ਜਾਂਦੀ ਹੈ ਤਾਂ ਲਿਖਿਆ ਹੋਇਆ, ਕਦੀ ਮਰਤਾ ਮਰਤਾ ਜਗ ਨੂੰ ਮਰ ਭੇ ਨਾ ਜਾਣੇ, ਕੋਈ ਐਸੀ ਮਰਨੀ ਜੋ ਮਰੇ ਬਹੁਤ ਨਾ ਮਰਨਾ। ਸਮਾਪਤ ਹੋ ਚੁੱਕਿਆ ਹੈ, ਨਿਤਨੇਮ ਸਮਾਪਤ ਹੋ ਚੁੱਕਿਆ ਹੈ, ਸੋਭਾ ਦੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋ ਚੁੱਕੀ ਹੈ। ਸਮਾਪਤੀ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਸੰਤ ਨੂੰ ਕਹਿੰਦੇ, ਸੰਗਤੇ ਗੁਰੂ ਕੇ ਲੰਗਰ ਵਿੱਚੋਂ ਸੋਭਾ ਦਾ ਪ੍ਰਸ਼ਾਦਾ ਛਕ ਲਓ, ਛਕ ਕੇ ਉਸ ਤੋਂ ਬਾਅਦ ਆ ਕੇ ਬੈਠੀ ਜਾਇਓ, ਅਤੇ ਤੁਹਾਨੂੰ ਕੋਈ ਖਾਸ ਪ੍ਰੋਗਰਾਮ ਦੇਵਾਂਗੇ। ਗੁਰੂ ਘਰ ਭੋਜਨ ਪਾਣੀ ਛਕਾਓ, ਉਹਨਾਂ ਨੂੰ ਇੰਨੀ ਇਸ਼ਾਰਾ ਕਰਕੇ ਜਾਂਦੇ ਹੋਏ ਜਿਹੜੇ ਆਸੇ ਪਾਸੇ ਸ਼ਬਦ ਲਿਖੇ ਹੋਏ ਹੈ, ਇਹਨਾਂ ਸ਼ਬਦਾਂ ਦਾ ਕੀਰਤਨ ਸ਼ੁਰੂ ਕਰ ਦਿੰਦੇ। ਇਹਨਾਂ ਇਸ਼ਾਰਾ ਕਰਕੇ ਦਸ਼ਮੇਸ਼ ਪਿਤਾ ਜੀ ਕਿਸੇ ਅਣਦੱਸੀ ਥਾਂ ਦੇ ਉੱਤੇ ਚਲੇ ਗਏ। ਸੰਗਤਾਂ ਗੁਰੂ ਕੇ ਲੰਗਰ ਵਿੱਚ ਪਹੁੰਚੀਆਂ, ਸੋਭਾ ਦਾ ਪ੍ਰਸ਼ਾਦਾ ਛਕਿਆ, ਨਾਸ਼ਤਾ ਕੀਤਾ, ਛਕ ਛਕ ਕੇ ਆ ਕੇ ਬੈਠਣਾ ਸ਼ੁਰੂ ਹੋ ਗਈਆਂ। ਗੁਰੂ ਘਰ ਦੇ ਕੀਰਤਨੀਏ ਵੀ ਸੋਭਾ ਦਾ ਥੋੜ੍ਹਾ ਹਲਕਾ ਪ੍ਰਸ਼ਾਦਾ ਛੱਕ ਕੇ ਅਤੇ ਸਟੇਜ 'ਤੇ ਪਹੁੰਚ ਚੁੱਕੇ ਹੈ, ਅਤੇ ਸਟੇਜ ਤੋਂ ਕੀਰਤਨ ਸ਼ੁਰੂ ਹੋ ਚੁੱਕਿਆ ਹੈ, ਅਤੇ ਸੰਗਤਾਂ ਵੀ ਦਰਬਾਰ ਦੇ ਵਿੱਚ ਆ ਆ ਕੇ ਸਜਣੀਆਂ ਸ਼ੁਰੂ ਹੋ ਚੁੱਕੀਆਂ।
Thank you.